ਕਰਕੇ ਹੁਣ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਭਗਤ ਬਾਣੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਜੀ ਰਾਗ ਧਨਾਸਰੀ ਦੇ ਵਿੱਚ ਬਾਣੀ ਭਗਤ ਕਬੀਰ ਜੀ ਕੀ, ਜੀ ਬੜੇ ਸਤਿਕਾਰ ਨਾਲ ਲਾਇਆ, ਕਦੇ ਵੀ ਬੋਲਣਾ ਕਬੀਰ ਜੀ, ਫਰੀਦ ਜੀ, ਨਾਮਦੇਵ ਜੀ, ਤੋ ਇਹ ਨਹੀਂ ਕਹਿਣਾ ਉਹ ਕਬੀਰ ਨੇ ਐਂ ਕੀਤਾ ਸੀ, ਫਰੀਦ ਐਂ ਸੀਗਾ, ਉਹ ਕਿਤੇ ਮਾਮੂਲੀ ਹਸਤੀਆਂ ਨਹੀਂ ਹੈਗੀਆਂ, ਉਹ ਗੁਰੂ ਰੂਪ ਹੋ ਚੁੱਕੇ ਆ ਮਹਾਰਾਜ ਦੇ ਵਿੱਚ, ਉਹਨਾਂ ਦਾ ਦਰਜਾ। ਜਿੰਨਾ ਵੀ ਕਮਾਈ ਕੀਤੀ ਆ ਉਹ ਸਤਿਕਾਰ ਨਾਲ ਬੋਲੋ, ਫਿਰ ਮਹਾਰਾਜ ਕਿਰਪਾ ਕਰਦੇ ਨੇ, ਆਪ ਵੀ ਸਤਿਕਾਰ ਨਾਲ ਬੋਲਦੇ ਨੇ। ਓਂਕਾਰ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੋ ਕਬੀਰ ਜੀ ਕੋਲ ਗੋਬਿੰਦ ਲੋਕਾਂ ਨੇ ਬੇਨਤੀ ਕੀਤੀ ਕਿ ਪਰਮੇਸ਼ੁਰ ਦੇ ਗੁਣਾਂ ਦਾ ਅੰਤ ਕਿਸੇ ਨੇ ਅੱਜ ਤੱਕ ਪਾਇਆ? ਇਹ ਬਚਨ ਸੁਣ ਕੇ ਕਬੀਰ ਜੀ ਨੇ ਸੋ ਇਹ ਜਿਹੜਾ ਹੈ ਪਰਮੇਸ਼ੁਰ ਦੀ ਬੇਅੰਤਤਾ ਨੂੰ ਕਥਨ ਕੀਤਾ, ਇਹਨੂੰ ਕਮੁੱਤਕ ਨਿਆਂ ਕਹਿੰਦੇ ਨੇ। ਇਸ ਪ੍ਰਕਾਰ ਜੀ ਬਚਨ ਫਰਮਾਉਂਦੇ ਨੇ, ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ। ਬ੍ਰਹਮਾ ਦੇ ਚਾਰੇ ਪੁੱਤਰ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਪਰਮੇਸ਼ੁਰ ਦੇ ਜਸ ਕਾਇਨ ਜੋ ਕਰਨ ਵਿੱਚ ਸਮਾ ਰਹੇ ਨੇ। ਮਹੇਸ਼ ਤੋਂ ਭਾਵ ਸ਼ਿਵ ਜੀ ਵੀ ਸਮਾ ਰਿਹਾ, ਸ਼ੇਸ਼ ਨਾਗ ਵੀ ਗੁਣਾਂ ਦੇ ਗਾਇਨ ਕਰਨ ਵਿੱਚ ਸਮਾ ਰਿਹਾ, ਪਰ ਇਹਨਾਂ ਵਿੱਚੋਂ ਤੇਰੋ ਤੋਂ ਭਾਵ ਇਸ ਪਰਮਾਤਮਾ ਦਾ ਭੇਦ ਨਹੀਂ ਕਿਸੇ ਨੇ ਜਾਣਿਆ। ਬ੍ਰਹਮਾਦਿਕ ਸਨਕਾਦਿਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਤਿੰਨ ਕਉ ਮਹਿਲ ਦੁਲ ਬਹਾਵੋ, ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨਾ ਪਾਵੋ। ਮਹਾਰਾਜ ਦਸਵੇਂ ਪਾਤਸ਼ਾਹ ਵੀ ਲਿਖਦੇ ਨੇ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਸ਼ੇਸ਼ ਨਾਗ ਦਾ ਹਜ਼ਾਰ ਸਿਰ ਹੈ, ਦਵੈ ਸਹੰਸ ਰਸਨਾ ਸੁਹਾਈ, 2000 ਜੀਭ ਹੈ ਉਹਦੀ, ਰਟਤ ਅਵ ਲਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਹੁਣ ਤੱਕ ਉਹ ਲੱਗਿਆ ਹੋਇਆ, ਫਿਰ ਵੀ ਉਹ ਰਟਦਿਆਂ ਅੰਤ ਨਹੀਂ ਪਾ ਸਕਿਆ ਅੱਜ ਤੱਕ ਉਹਦਾ। ਸੋ ਸਨਕ ਦੇ ਸਮਾਨ ਜੋ ਸਨਕ ਹੈ, ਸੁਨੰਦਨ ਦੇ ਸਮਾਨ ਜੋ ਸੁਨੰਦਨ ਹੈ, ਸ਼ਿਵਾਂ ਦੇ ਸਮਾਨ ਜੋ ਸ਼ਿਵ ਹੈ ਅਤੇ ਸ਼ੇਖ ਨਾਗ, ਇਹਨਾਂ ਸਭਨਾਂ ਚੋਂ ਤੇਰਾ ਕਿਸੇ ਨੇ ਭੇਦ ਨਹੀਂ ਪਾਇਆ। ਇਹ ਸਾਰੇ ਸਮਾਨਾਂ ਸਮਾ ਗਏ, ਹਰੀ ਹਰ ਹੋ ਗਏ, ਚਲੇ ਗਏ, ਪਰ ਇਹਦਾ ਭੇਦ ਕਿਸੇ ਨੇ ਨਹੀਂ ਜਾਣਿਆ। ਇਹ ਕਿਉਂਕਿ ਇੱਕ ਜਾਣਾ ਆਉਂਦਾ, ਇੱਕ ਫਿਰ ਚਲਿਆ ਜਾਂਦਾ, ਇੱਕ ਜਾਣਾ ਆਉਂਦਾ, ਇਹ ਕਿੰਨੇ ਹੀ ਹੁੰਦੇ ਨੇ, ਵਾਰ ਵਾਰ ਡਿਊਟੀਆਂ ਲੱਗਦੀਆਂ ਨੇ। ਸੋ ਇਹ ਨਹੀਂ ਹੁੰਦਾ ਕਿ ਇੱਕੋ ਹੀ ਇੰਦਰ ਬੈਠਾ ਰਹਿੰਦਾ, ਇੰਦਰ ਚਲਿਆ ਜਾਂਦਾ। ਜਦੋਂ ਮਨੁੱਖ ਦਾ 100 ਸਾਲ ਲੰਘ ਜਾਂਦਾ, ਇੰਦਰ ਦੇਵਤੇ ਦਾ ਇੱਕ ਦਿਨ ਬਤੀਤ ਹੁੰਦਾ, ਫਿਰ ਆਪਣਾ 100 ਸਾਲ ਲੰਘ ਜਾਂਦਾ, ਫਿਰ ਇੰਦਰ ਦੇਵਤੇ ਦੀ ਰਾਤ ਬਤੀਤ ਹੁੰਦੀ ਹੈ, ਜਿਵੇਂ ਚੰਦਰਮਾ 'ਤੇ ਹੁੰਦਾ ਨਾ ਮਹੀਨੇ ਦੀ ਰਾਤ ਮਹੀਨੇ ਦਾ ਦਿਨ, ਇਸੇ ਪ੍ਰਕਾਰ ਜਿੰਨਾ ਉੱਤੇ ਜਾਈ ਜਾਂਦੇ ਹਾਂ ਉਨਾ ਉਨਾ ਹੋਰ ਹਿਸਾਬ ਹੋ ਜਾਂਦਾ। ਇੱਥੇ ਹੀ ਆ ਨੌਰਥ ਪੋਲ ਦੇ ਵਿੱਚ ਜਿਵੇਂ ਕਿੰਨਾ ਕਿੰਨਾ ਚਿਰ ਰਹਿੰਦਾ, ਤੜਕੇ ਜਾ ਕੇ ਕਿਤੇ ਮਾੜਾ ਜਿਹਾ ਸੂਰਜ ਛਿਪਦਾ, ਫਿਰ ਕਈ ਜਗ੍ਹਾ ਦੇ ਉੱਤੇ ਹਨੇਰਾ ਹੀ ਹਨੇਰਾ ਦਿਨ ਹੀ ਨਹੀਂ ਚੜ੍ਹਦਾ। ਇਸੇ ਪ੍ਰਕਾਰ ਹੈ ਕਿ ਫਿਰ ਇੰਦਰ ਦੀ ਉਮਰ ਇਸ ਤਰੀਕੇ ਨਾਲ 100 ਸਾਲ ਕਹੀ ਹੈ। ਸੋ 100 ਸਾਲ ਜਦੋਂ ਇੰਦਰ ਦੀ ਉਮਰ ਪੂਰੀ ਹੁੰਦੀ ਹੈ ਤਾਂ ਬ੍ਰਹਮਾ ਦਾ ਇੱਕ ਦਿਨ ਹੀ ਬਤੀਤ ਹੁੰਦਾ। ਇਹੋ ਜਿਹਾ ਜਦ ਦੂਜਾ ਇੰਦਰ ਮਰ ਜਾਂਦਾ ਹੋ ਕੇ ਤਾਂ ਫਿਰ ਇੱਕ ਰਾਤ ਬ੍ਰਹਮਾ ਦੀ ਬਤੀਤ ਹੁੰਦੀ। ਇਸ ਤਰੀਕੇ ਦੇ ਨਾਲ ਬ੍ਰਹਮਾ ਦੀ ਉਮਰ ਜਦੋਂ 1000 ਸਾਲ ਬਤੀਤ ਹੋ ਜਾਂਦੀ ਹੈ, ਇਹ ਗਿਣਤੀ ਹੈ। ਆਪਾਂ ਤਾਂ ਅੱਗੇ ਵਿਸ਼ਨੂੰ ਦੀ, ਫਿਰ ਅੱਗੇ ਸ਼ਿਵ ਜੀ ਆ, ਉਹਦੀ ਉਮਰ ਹੋਰ ਜ਼ਿਆਦਾ ਲੰਬੀ ਹੈ। ਜਦੋਂ ਇਸ ਪ੍ਰਕਾਰ 10 ਕੁ ਵਾਰੀ ਇਹ ਹੋ ਲੈਂਦੇ ਨੇ ਨਾ ਸਾਰੇ ਜਾਣੇ, ਮਾਇਆ ਦਾ ਸਿਰਫ ਇੱਕੋ ਹੀ ਛਿਣ ਗੁਜ਼ਰਦਾ ਬਸ, ਅਤੇ ਪਰਮੇਸ਼ੁਰ ਦਾ ਤਾਂ ਕੋਈ ਗੁਜ਼ਰਦਾ ਹੀ ਨਹੀਂ ਕਹਿੰਦੇ। ਇਸ ਕਰਕੇ ਉਹ ਪਰਮੇਸ਼ੁਰ ਇੰਨਾ ਵੱਡਾ ਹੈ, ਇੰਨਾ ਵੱਡਾ, ਕੁਛ ਵੀ ਨਹੀਂ ਹੋ ਸਕਦਾ, ਉਹਦਾ ਕੋਈ ਦੱਸ ਹੀ ਨਹੀਂ ਸਕਦਾ, ਕੋਈ ਕਥਨ ਹੀ ਨਹੀਂ ਕਰ ਸਕਦਾ। ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਓ। ਇਸ ਕਰਕੇ ਭਾਈ ਗੁਰਮੁਖਾ ਤੈਨੂੰ ਚਾਹੀਦਾ ਵੀ ਸੰਤਾਂ ਦੀ ਸੰਗਤ ਮਿਲ ਕੇ ਰਾਮ ਨਾਮ ਨੂੰ ਹਿਰਦੇ 'ਚ ਵਸਾਉਣਾ ਕਰ। ਜੇ ਰਾਮ ਨਾਮ ਹਿਰਦੇ 'ਚ ਵਸ ਗਿਆ ਫਿਰ ਤਾਂ ਭਾਵੇਂ ਮਾੜਾ ਜਿਹਾ ਪਤਾ ਲੱਗ ਜੇ ਕੁਛ, ਅਤੇ ਜੇ ਉਹ ਗਿਣਤੀਆਂ ਮਿਣਤੀਆਂ ਕਰਨੀਆਂ ਸਾਇੰਸ ਵਾਲਿਆਂ ਨੂੰ ਰੋਕਟ 'ਚ ਲੈ ਕੇ ਤਾਹਾਂ ਨੂੰ ਚੜ੍ਹ ਜਾਂਦੇ ਆ, ਜਿੱਥੇ ਕਿ ਤੱਕ ਸਾਇੰਸ ਜਾਂਦੀ ਹੈ ਤਾਂ ਕੁਛ ਵੀ ਨਹੀਂ ਹੈਗਾ। ਬ੍ਰਹਮ ਗਿਆਨੀ ਤਾਂ ਇੱਥੇ ਬੈਠੀ ਸਾਰਾ ਬ੍ਰਹਿਮੰਡ ਦਿਖ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਨੂਮਾਨ ਸਰ ਗਰੁੜ ਸਮਾਨਾ, ਉਹ ਫਰਮਾਉਂਦੇ ਹਨ ਕਿ ਬੜੇ ਬਲ ਵਾਲਾ ਪੌਣ ਪੁੱਤਰ ਹਨੂਮਾਨ ਵੀ ਪਰਮੇਸ਼ੁਰ ਦੇ ਜਸ ਕਰਨ ਵਿੱਚ ਸਰ ਤੋਂ ਭਾਵ ਸਮਾ ਰਿਹਾ। ਸੋ ਵਿਸ਼ਨੂੰ ਦੇ ਨਿਕਟ ਵਰਤੀ ਰਹਿਣ ਵਾਲਾ ਵਿਸ਼ਨੂੰ ਦਾ ਬਾਨ ਜਾਂ ਗਰੁੜ ਹੈ ਨਾ, ਉਹ ਗਰੁੜ ਵੀ ਪਰਮੇਸ਼ੁਰ ਦੇ ਜਸ ਕਰਨ ਵਿੱਚ ਸਮਾਨਾ ਸਮਾ ਰਿਹਾ। ਕਿਉਂਕਿ ਇਹ ਨਹੀਂ ਹੁੰਦਾ ਕਿ ਬੰਦੇ ਹੀ ਭਗਤੀ ਕਰਦੇ ਨੇ, ਜੀਵ ਵੀ ਭਗਤੀ ਕਰਨ ਲੱਗਦੇ। ਹਨੂਮਾਨ ਸਰ ਇੱਥੇ ਵਿਸ਼ਰਾਮ ਹੋਣਾ, ਗਰੁੜ ਸਮਾਨਾ,
ਤਾਂ ਹਨੂੰਮਾਨ ਦੇ ਸਰਸ ਦਰਸ ਜੋ ਹਨੂੰਮਾਨ ਹੈ, ਗਰੜ ਦੇ ਸਮਾਨ ਜੋ ਗਰੜ ਹੈ, ਬਸ ਇਸ ਪ੍ਰਕਾਰ ਹੈ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰਪਤ ਹੁੰਦਾ ਦੇਵਤਿਆਂ ਦਾ ਪਤੀ, ਜੋ ਰਾਜਾ ਕੌਣ ਹੈ? ਸੁਰ ਦੇਵਤਿਆਂ ਦਾ ਪਤ ਪਤੀ ਇੰਦਰ। ਨਰਪਤ ਪੁਰਸ਼ਾਂ ਦਾ ਪਤੀ ਜੋ ਬ੍ਰਹਮ ਹੈ ਜਾਂ ਸ਼ੰਭੂ ਮੁਨ ਹੈ। ਇਹਨਾਂ ਸਾਰਿਆਂ ਵਿੱਚੋਂ ਕਿਸੇ ਨੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਜਾਣਿਆ। ਇਹ ਸਾਰੇ ਆਪ ਹੀ ਸਮਾਨਾ ਸਮਾ ਗਏ, ਚਲੇ ਗਏ ਦੁਨੀਆਂ ਚੋਂ, ਪਰ ਗੁਣਾਂ ਦਾ ਅੰਤ ਨਹੀਂ ਪਾਇਆ। ਇਸ ਕਰਕੇ ਜਾਨੀ ਨਾ ਜਾਈ ਤਾਂ ਕੀ ਗਾਤ। ਮਹਾਰਾਜ ਕਹਿੰਦੇ ਉਹਦੀ ਗਾਤ ਜਿਹੜੀ ਜਾਣੀ ਨਹੀਂ ਜਾਂਦੀ ਗਤੀ ਪਰਮੇਸ਼ਰ ਦੀ। ਚਾਰ ਵੇਦ ਅਰ ਸਿਮਰਤ ਪੁਰਾਨਾ। ਚਾਰ ਵੇਦ, 27 ਸਿਮਰਤੀਆਂ, 18 ਪੁਰਾਣ, ਇਹਨਾਂ ਨੇ ਵੀ ਅੰਤ ਨਹੀਂ ਪਾਇਆ। ਇਹਨਾਂ ਦੇ ਰਚਣ ਵਾਲੇ ਰਿਖੀਆਂ ਨੇ ਵੀ ਅੰਤ ਨਹੀਂ ਪਾਇਆ। ਇਹਨਾਂ ਦੇ ਪੜ੍ਹਨ ਪੜ੍ਹਾਉਣ ਵਾਲੇ ਪੰਡਤਾਂ ਨੇ ਵੀ ਅੰਤ ਨਹੀਂ ਪਾਇਆ। ਕੋਈ ਅੰਤ ਉਹਦਾ ਪਾ ਸਕਦਾ? ਕਮਲਾ ਪਤ ਕਵਲਾ ਨਹੀਂ ਜਾਨਾ। ਮਹਾਰਾਜ ਕਹਿੰਦੇ ਨੇ ਕਮਲਾ ਪਤੀ ਕੌਣ ਹੈ? ਵਿਸ਼ਨੂੰ। ਵਿਸ਼ਨੂੰ ਦਾ ਅੰਤ ਕਮਲਾ ਪਤੀ ਲਕਸ਼ਮੀ ਨੇ ਵੀ ਨਹੀਂ ਜਾਣਿਆ, ਤੇ ਅਕਾਲ ਪੁਰਖ ਦਾ ਅੰਤ ਕੋਈ ਕਿਵੇਂ ਪਾ ਸਕਦਾ? ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਾਲੂ ਨਹਿ ਜੋ ਗਾਵੈ। ਰੁਦਰ ਧਿਆਨ ਸ਼ਿਵਜੀ ਦੇ ਧਿਆਨ ਦਾ ਕੋਈ ਅੰਤ ਨਹੀਂ ਪਾ ਸਕਦਾ। ਗਿਆਨ ਸਤਿਗੁਰ ਕੇ, ਸਤਿਗੁਰ ਉੱਥੇ ਵਿਸ਼ਨੂੰ ਨੂੰ ਕਿਹਾ, ਵਿਸ਼ਨੂੰ ਦਾ ਕੋਈ ਅੰਤ ਨਹੀਂ ਪਾ ਸਕਦਾ। ਗਿਆਨ ਤਾਂ ਬਹੁਤ ਹੈ। ਕਬਜਨ ਭਾਲੂ ਨਾ ਜੋ ਗਾਵੈ, ਚਲੋ ਕੋਈ ਗਾ ਵੀ ਲਗੇ, ਪਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਮਲਾ ਪਤ ਵਿਸ਼ਨੂੰ ਨੂੰ ਕਹਿੰਦੇ ਨੇ, ਕਮਲਾ ਉਹਦੀ ਲਕਸ਼ਮੀ ਅਤੇ ਕਮਲ ਜਾਂ ਕਮਲ ਉੱਤੇ ਬਹਿਣ ਵਾਲਾ ਬ੍ਰਹਮਾ, ਇਹਨਾਂ ਤਿੰਨਾਂ ਵਿੱਚੋਂ ਕਿਸੇ ਨੇ ਵੀ ਅੰਤ ਨਹੀਂ ਪਾਇਆ। ਕਮਲਾਪਤੀ ਜੋ ਵਿਸ਼ਨੂੰ ਆ, ਉਹ ਤਾਂ ਕਹਿੰਦੇ ਇਸ ਪ੍ਰਕਾਰ ਵਾਹਿਗੁਰੂ ਦੇ ਗੁਣਾਂ ਦਾ ਅੰਤ ਉਹਨੇ ਪਾਇਆ ਨਹੀਂ। ਉਹਦਾ ਗੁਣ ਗਾਉਂਦਾ ਗਾਉਂਦਾ ਉਹ ਤਾਂ ਉਹਦੇ 'ਚ ਮਸਤੀ ਹੋਇਆ ਰਹਿੰਦਾ ਹਰ ਵਕਤ, ਕਿਉਂਕਿ ਪਰਮੇਸ਼ਰ ਦੀ ਸਭ ਤੋਂ ਜ਼ਿਆਦਾ ਭਗਤੀ ਇਹਨਾਂ ਵਿੱਚੋਂ ਵਿਸ਼ਨੂੰ ਜੀ ਕਰਦੇ ਨੇ। ਵਿਸ਼ਨੂੰ ਪਰਮੇਸ਼ਰ ਦਾ ਭਗਤ ਹੈ, ਅਤੇ ਪਰਮੇਸ਼ਰ ਦਾ ਨਾਮ ਜਪੀ ਜਾਂਦਾ। ਉਦੋਂ ਤਾਈਓ ਭੇਜ ਦਿੰਦੇ, ਜਾ ਤੂੰ ਆਹ ਕੰਮ ਕਰਕੇ ਆ, ਹਲੇ ਆਹ ਸੇਵਾ ਕਰਕੇ ਆ, ਹੁਣ ਤੂੰ ਆਹ ਰੂਪ ਧਾਰ ਕੇ ਆਹ ਕਰਿਆ। ਉਹ ਅਵਤਾਰ ਬਣਨ ਦਾ ਹੀ ਹੁਕਮ ਹੁੰਦਾ ਰਹਿੰਦਾ, ਤੂੰ ਫਲਾਨਾ ਅਵਤਾਰ ਧਰ ਕੇ ਹੁਣ ਫਲਾਨਾ ਕੰਮ ਕਰਕੇ ਆ। ਜਦੋਂ ਦੁਨੀਆਂ 'ਤੇ ਭੀੜ ਬਣਦੀ ਹੈ ਫਿਰ ਉਹਨਾਂ ਨੂੰ ਭੇਜ ਦਿੰਦੇ ਨੇ। ਇਸ ਕਰਕੇ ਫਰਮਾਉਂਦੇ ਹਨ, ਕਹਿ ਕਬੀਰ ਸੋ ਭਰਮੈ ਨਾਹੀ, ਪਗ ਲੱਗ ਰਾਮ ਰਹਿ ਸਰਨਾਹੀ। ਕਹਿੰਦੇ ਪਗ ਲੱਗ ਰਾਮ, ਇੱਥੇ ਰੁਕਣਾ। ਉਹ ਕਬੀਰ ਜੀ ਕਥਨ ਕਰਦੇ, ਉਹ ਜਿਹੜਾ ਬੰਦਾ ਭਰਮ ਦਾ ਨਹੀਂ, ਜਿਹੜਾ ਕੋਈ ਜੀਵ ਹੈ ਨਾ, ਰਾਮ ਦੇ ਭਾਵ ਪਾਗ ਹੁੰਦਾ, ਚਰਨਾਂ ਦੀ ਸਰਨ ਵਿੱਚ ਲੱਗਿਆ ਰਹਿੰਦਾ। ਸਾਰਿਆਂ ਜਿਹੜੇ ਵਿੱਚ ਪਾਗ ਰਮੇ ਹੋਏ, ਰਾਮ ਦੀ ਸ਼ਰਨ ਵਿੱਚ ਜਿਹੜਾ ਲੱਗਿਆ ਰਹਿੰਦਾ, ਜੋ ਰਾਮ ਪਰਮੇਸ਼ਰ ਦੇ ਚਰਨਾਂ ਵਿੱਚ ਲੱਗਿਆ ਰਹਿੰਦਾ, ਉਹਦੇ ਸਰ ਨਾਹੀ, ਉਹਦੇ ਸਰ ਹੁੰਦਾ ਸਦਰਸ, ਹੋਰ ਕੋਈ ਨਹੀਂ ਹੈ। ਸੋ ਇਸ ਪ੍ਰਕਾਰ ਕੋਈ ਬਜ਼ੁਰਗ ਬੰਦਾ ਸੀ, ਉਹਨੂੰ ਮੋਹ ਮਾਇਆ ਮਮਤਾ ਪਦਾਰਥਾਂ 'ਚ ਫਸਿਆ ਹੋਇਆ ਦੇਖ ਕੇ ਕਬੀਰ ਜੀ ਉਹਨੂੰ ਵਿਰਾਗ ਦਾ ਉਪਦੇਸ਼ ਦੇਣ ਲੱਗ ਪਏ। ਕਹਿੰਦੇ ਹੁਣ ਤਾਂ ਬਸ ਕਰ, ਨਿਆਣਿਆਂ 'ਚ ਹੀ ਫਸਿਆ, ਕਿਤੇ ਮਾਲਾ ਵੀ ਖਾ ਲੈ, ਸਤਸੰਗ 'ਚ ਹੀ ਆ ਜਾ ਕਰ, ਉੱਥੇ ਇੱਥੇ ਨਿਆਣਿਆਂ ਨੂੰ ਖੜਾਈ ਜਾਂਦਾ, ਆ ਜਾ ਉੱਥੇ, ਚੱਲ ਚੱਲੀਏ। ਇਸ ਪ੍ਰਕਾਰ ਦੂਜਾ ਸ਼ਬਦ ਫਰਮਾਉਂਦੇ ਹਨ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਾਂ ਨੂੰ ਛੀਜੈ। ਕਹਿੰਦੇ ਘੜੀਆਂ ਤੋਂ ਪਹਿਰ, ਪਹਿਰ ਤੋਂ ਦਿਨ ਹੁੰਦੇ ਜਾਂਦੇ ਨੇ। ਇਉਂ ਇਹ ਜਿਹੜੀ ਸਮੇਂ ਦੀ ਸੰਗਿਆ ਹੁੰਦੀ ਹੈ ਨਾ, ਅੱਗੇ ਅੱਗੇ ਵੱਧਦੀ ਹੈ, ਆਪ ਤੇਰੀ ਉਮਰਾਂ ਘੱਟਦੀ ਹੈ ਅਤੇ ਤਨ ਚੀਜ਼ਾ, ਸਰੀਰ ਕਮਜ਼ੋਰ ਹੁੰਦਾ ਜਾਂਦਾ ਤੇਰਾ ਦਿਨੋਂ ਦਿਨ, ਹੁਣ ਹੋਰ ਕਮਜ਼ੋਰ ਹੋ ਜਾਣਾ। ਕਾਲ ਹੇਰੀ ਫਿਰੈ ਵਧਿਕ ਜਿਉਂ, ਕਹੋ ਕਵਨ ਵਿਧ ਕੀਜੈ। 692 ਅੰਕ 'ਤੇ ਫਰਮਾਉਂਦੇ ਨੇ, ਕਾਲ ਜੋ ਹੇਰੀ ਸ਼ਿਕਾਰੀ ਹੈ ਨਾ, ਉਹ ਵਧਿਕ ਹੁੰਦਾ, ਫੰਦਕ ਵਾਂਗ ਆਪਣੇ ਸ਼ਿਕਾਰ ਨੂੰ ਢੂੰਡਦਾ ਫਿਰਦਾ। ਦੱਸੋ ਭਾਈ, ਕਹਿੰਦੇ ਉਹ ਕਾਲ ਤੋਂ ਬਚਣ ਦੀ ਕਿਹੜੀ ਤਰੀਕਾ ਵਿਧੀ ਹੈ, ਕੋਈ ਹੈ? ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾ ਕਾ ਰਹਾਉ। ਸੋ ਇਸ ਪ੍ਰਕਾਰ ਦਾ ਬਚਨ ਫਰਮਾਉਂਦੇ ਹਨ, ਜਿਸ ਪ੍ਰਕਾਰ ਉਹ ਮੌਤ ਵਾਲਾ ਦਿਨ ਜੋ ਹੋਰ ਨਾ ਉੱਪਰ ਵੇਖਦਾ ਸੀ, ਹੁਣ ਤੇਰੇ ਨੇੜੇ ਨੇੜੇ ਆਈ ਜਾਂਦਾ, ਤੂੰ ਵੀ ਹੁਣ ਜਾਣਾ, ਅਤੇ ਜਿਹਨਾਂ ਸੰਬੰਧੀਆਂ ਨਾਲ ਤੂੰ ਬੜਾ ਪਿਆਰ ਕਰਦਾ, ਹਿੱਤ ਕਰਦਾ ਸੀ, ਇਹ ਮਾਤਾ ਪਿਤਾ ਭਰਾ ਪੁੱਤਰ ਇਸਤਰੀ ਕਾਕਾ ਚਾਚਾ, ਦੱਸੋ ਕੋਈ, ਕਹਿੰਦੇ ਕੌਣ ਕੋਈ, ਕਾ ਕਾ ਕਿਸ ਦਾ ਸਹਾਇਕ ਹੈ? ਇਸ ਪ੍ਰਕਾਰ ਪਾਠ ਜਿਹੜਾ ਕਾ ਕਾ ਹੀ ਕਰਨਾ, ਕਾਕਾ ਨਹੀਂ ਕਰਨਾ। ਕਾਕਾ ਤਾਂ ਚਾਚੇ ਨੂੰ ਕਹਿੰਦੇ, ਉਹ ਇਕੱਠਾ ਅਰਥਾਂ 'ਚ ਹੋ ਜਾਂਦਾ ਹੈ। ਸਭ ਕਿਸ ਜੀਵਿਤ ਕੋ ਵਿਵਹਾਰ ਹੈ, ਇਸ ਕਰਕੇ ਤੂੰ ਧਿਆਨ ਕਰ ਲੈ ਭਾਈ। ਜਬ ਲੱਗ ਜੋਤ ਕਾਇਆ ਮਹਿਮ ਵਰਤੈ, ਆਪਾ ਪਸ਼ੂ ਨਾ ਬੂਝੈ। ਜਿੰਨਾ ਚਿਰ ਪਰਮੇਸ਼ਰ ਦੀ ਜਿਹੜੀ ਜੋਤ ਹੈ, ਚੇਤਨ ਸੱਤਾ ਹੈ, ਇਸ ਸਰੀਰ ਦੇ ਵਿੱਚ ਵਰਤ ਰਹੀ ਹੈ, ਉਹਨਾਂ ਚਿਰ ਇਹ ਬੰਦਾ ਨਾ ਪਸ਼ੂ ਹੀ ਬਣਿਆ ਰਹਿੰਦਾ। ਅਗਿਆਤ ਜੀਵ ਆਪਣਾ ਆਪ ਸਮਝਦਾ ਹੀ ਨਹੀਂ। ਦਿੱਤੀ ਸੀ ਨਰ ਨਰਾਇਣੀ ਦੇਹੀ, ਬੰਦਗੀ ਕਰਨ ਨੂੰ, ਭਜਨ ਕਰ ਲੈ, ਪਾਠ ਕਰ ਲੈ,
ਜਦ ਤੱਕ ਤੰਦਰੁਸਤੀਆਂ ਹੁੰਦੀਆਂ ਨੇ ਉਦੋਂ ਕਾਮ ਕ੍ਰੋਧ ਵਿੱਚ ਫਸਿਆ ਰਹਿੰਦਾ। ਜਦੋਂ ਬਿਮਾਰ ਹੋ ਜਾਂਦਾ ਫਿਰ ਕਹਿੰਦਾ ਹੁਣ ਮੈਂ ਰੱਬ ਦਾ ਨਾਂ ਜਪੂ, ਫਿਰ ਤੰਦਰੁਸਤ ਕਰ ਦਿੰਦਾ ਪਰਮੇਸ਼ਰ। ਕਹਿੰਦਾ ਦੇਖਾਂ ਤਾਂ, ਜਦ ਤੰਦਰੁਸਤ ਹੋਇਆ ਫਿਰ ਕਾਮ ਕ੍ਰੋਧ 'ਚ ਚਲਿਆ ਜਾਂਦਾ। ਮਹਾਰਾਜ ਕਹਿੰਦੇ ਤੰਦਰੁਸਤਾਂ ਨੂੰ ਮੈਂ ਬਥੇਰੀ ਵਾਰ ਕੀਤਾ ਪਰ ਇਹ ਬੰਦਗੀ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਬੰਦਾ ਇਹੋ ਜਿਹਾ ਪਸ਼ੂ ਬਣਿਆ ਹੋਇਆ, ਜਦ ਤੱਕ ਜੋਤ ਵਰਤਦੀ ਹੈ ਚੇਤਨ ਸੱਤਾ, ਉਹ ਜੋਤ ਨੂੰ ਦੇਖਣਾ ਸੀ ਤੂੰ ਪਰ ਜੋਤ ਨਹੀਂ ਦੇਖੀ ਸਰੀਰ 'ਚ, ਉਦੋਂ ਤੱਕ ਅਗਿਆਨੀ ਬਣਿਆ ਰਿਹਾ ਜਦ ਤੱਕ ਜੋਤ ਸੀ। ਜੋ ਜੋਤ ਨਿਕਲਣ ਲੱਗੀ ਕਹਿੰਦਾ ਮੈਂ ਤਾਂ ਨਾਮ ਹੀ ਨਹੀਂ ਜਪਿਆ, ਫਿਰ ਪਛਤਾਵਾ ਕਰਦਾ ਦੁਨੀਆਂ 'ਚ। ਮਹਾਰਾਜ ਕਹਿੰਦੇ ਚਲਿਆ ਜਾਂਦਾ। ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਬੁਢੇਪੇ ਵਿੱਚ ਅੱਖਾਂ ਨਾਲ ਤਾਂ ਕੋਈ ਸੁਝਦਾ ਨਹੀਂ, ਫਿਰ ਵੀ ਜੀਵਨ ਪਦਵੀ ਵਾਸਤੇ ਲਾਲਚ ਕਰਦਾ, ਲੋਭ ਕਰਦਾ ਕਿ ਮੈਂ ਹੋਰ ਜਿਉਂਦਾ ਰਹਾਂ। ਕਈ ਤਰ੍ਹਾਂ ਦੀਆਂ ਦਵਾਈਆਂ ਬੂਟੀਆਂ ਖਾਂਦਾ, ਲੰਬੀ ਉਮਰ ਦੇ ਰਾਜ ਪੁੱਛਦਾ ਕਿਹੜੀ ਪੌੜੀ ਪੜ੍ਹਾਂ। ਫਿਰ ਕਹਿੰਦਾ ਵੀ ਮੈਂ ਹੁਣ ਪੋਤਾ ਹੋ ਗਿਆ, ਚੱਲ ਪੋਤਾ ਦੇਖਣਾ ਦੇਖ ਲਿਆ, ਹੁਣ ਪੋਤੇ ਦਾ ਵਿਆਹ ਦੇਖਣਾ, ਚੱਲ ਉਹ ਵੀ ਦੇਖ ਲਿਆ। ਕਹਿੰਦੇ ਪਰ ਪੋਤਾ ਵੀ ਦੇਖ ਜਾਂਦਾ 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 ਵਾਸਨਾ ਵੱਧਦੀ ਤੁਰ ਜਾਂਦੀ। ਮਹਾਰਾਜ ਕਹਿੰਦੇ ਕਹਿਤ ਕਬੀਰ ਸੁਨਹੋਰੇ ਪ੍ਰਾਣੀ ਛੋਡੋ ਮਨ ਕੇ ਪਰਮਾ। ਕਬੀਰ ਜੀ ਕਥਨ ਕਰਦੇ ਪ੍ਰਾਣਾ ਧਾਰੀ ਜੀਓ, ਸੁਣਨਾ ਕਰੋ ਸਾਡੀ ਗੱਲ, ਮਨ ਦੇ ਭਰਮ ਛੱਡ ਦਿਓ, ਕਿਉਂਕਿ ਭਰਮ ਹੀ ਜੀਵ ਲਈ ਦੁੱਖਾਂ ਦਾ ਕਾਰਨ ਬਣਿਆ ਹੋਇਆ। ਫਿਰ ਮਹਾਰਾਜ ਜੀ ਕੀ ਕਰਿਆ ਕਰੀਏ, ਹੁਕਮ ਕਰੋ। ਕੇਵਲ ਨਾਮ ਜਪ ਹੋਰੇ ਪ੍ਰਾਣੀ ਪਰਹੋ ਏਕ ਕੀ ਸਰਨਾ ਪ੍ਰਾਣੀਓ। ਉਹ ਭਾਈ ਪ੍ਰਾਣਾ ਧਾਰੀ ਜੀਵੋ, ਕੇਵਲ ਫਕਤ ਇੱਕ ਵਾਹਿਗੁਰੂ ਦਾ ਨਾਮ ਜਪਣਾ ਕਰੋ ਅਤੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ, ਫਿਰ ਤੁਹਾਡੀ ਕਲਿਆਣ ਹੋਵੇਗੀ। ਤੀਸਰਾ ਸ਼ਬਦ ਇਸ ਪ੍ਰਕਾਰ ਫਰਮਾਉਂਦੇ ਹਨ, ਜੋ ਜਨ ਭਾਉ ਭਗਤ ਕਛ ਜਾਣੈ ਤਾ ਕਹੋ ਆਚਰਜ ਕਾਹੋ। ਇਸ ਪ੍ਰਕਾਰ ਜਿਸ ਵੇਲੇ ਭਗਤ ਕਬੀਰ ਜੀ ਹੜੰਬੇ ਦੇਸ਼ 'ਚ ਜਾ ਵਸੇ ਤਾਂ ਉਸ ਵਕਤ ਕਿਸੇ ਨੇ ਕਿਹਾ ਆਪ ਇੱਥੇ ਕਿਉਂ ਆ ਗਏ, ਇੱਥੇ ਤਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ ਕਿਉਂਕਿ ਇੱਥੇ ਸਰਾਪ ਹੋਇਆ ਹੋਇਆ, ਕਾਸ਼ੀ 'ਚ ਰਹਿਣ ਵਾਲਾ ਬੰਦਾ ਮੁਕਤ ਹੋ ਜਾਂਦਾ। ਇਸ ਪ੍ਰਕਾਰ ਕਬੀਰ ਜੀ ਉਹਨੂੰ ਸਮਝਾਉਂਦੇ ਹਨ, ਹਰ ਕੇ ਲੋਕਾਂ ਮੈਂ ਤਾਂ ਮਤ ਕਾ ਭੋੜਾ। ਕਹਿੰਦੇ ਭਾਈ ਹਰੀ ਦੇ ਲੋਕੋ, ਮੈਂ ਤਾਂ ਮਤ ਦਾ ਭੋਲਾ ਭਾਈ, ਜੋ ਤਨ ਕਾਸੀ ਤਜੈ ਕਬੀਰਾ ਰਮਈਆ ਕਹਾਂ ਨਿਹੋਰਾ। ਇਸ ਕਰਕੇ ਮੈਂ ਕਹਿੰਦੇ ਰਹਾਉ ਦੀ ਤੁਕ ਦੇ ਰਾਹੀਂ ਦੱਸਦੇ, ਉਹਨੂੰ ਸ਼ਬਦ ਪ੍ਰਾਰੰਭ ਕਰਦੇ ਫਿਰ ਸਰਵਣ ਕਰਦੇ ਹਾਂ, ਜੋ ਜਨ ਭਾਉ ਭਗਤ ਕਛ ਜਾਣੈ ਤਾ ਕਹੋ ਆਚਰਜ ਕਾ ਹੋ। ਜੋ ਪਰਮੇਸ਼ੁਰ ਹੈ ਨਾ ਵਾਹਿਗੁਰੂ, ਜਿਹੜਾ ਜੀਵ ਪਰਮੇਸ਼ੁਰ ਦੀ ਕੁਝ ਭਾਉ ਭਗਤੀ ਪ੍ਰੇਮਾ ਭਗਤੀ ਕਰਨੀ ਜਾਣਦਾ, ਉਹਨੂੰ ਉਸ ਚਰਜ ਬ੍ਰਹਮ ਰੂਪ ਹੀ ਕਹਿਣਾ ਕਰੇ, ਉਹਨੂੰ ਮੁਕਤ ਰੂਪ ਹੋਣ ਵਿੱਚ ਕੀ ਇਸ ਚਰਜ ਹੈ। ਇਸ ਕਰਕੇ ਇਸ ਚਰਜ ਜਿਹੜਾ ਹੈ ਨਾ ਉਹਨੂੰ ਕਾ ਹੋ, ਕਹਿੰਦੇ ਉਹਦਾ ਮੁਕਤ ਹੋਣਾ ਕਾ ਹੋ ਭਾਵ ਕੀ ਇਸ ਚਰਜ ਆ, ਉਹ ਤਾਂ ਹੋ ਹੀ ਜਾਊਗਾ। ਜਿਹਨੇ ਇੱਕ ਵਾਰ ਪਰਮੇਸ਼ੁਰ ਦਾ ਨਾਮ ਲੈ ਲਿਆ ਉਹਨੂੰ ਕੋਈ ਸੰਸਥਾ ਨਹੀਂ ਹੈ। ਸੋ ਅੰਤ ਪਰਮਗਤ ਪਾਏ, ਉਹਨੂੰ ਤਾਂ ਅੰਤ ਨੂੰ ਪਰਮਗਤੀ ਪਾ ਹੀ ਲੈਣੀ ਹੈ। ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ ਤਿਉਂ ਢੋਰ ਮਿਲਿਓ ਜੁਲਾਹੋ। ਸੋ ਜਲ ਦੇ ਲੱਲੇ ਨੂੰ ਪਹਿਲੇ ਨੂੰ ਔਂਕੜਾ ਦੂਜੇ ਨੂੰ ਨਹੀਂ ਹੈਗਾ। ਜਿਵੇਂ ਘੜੇ ਦਾ ਜਲ ਨਦੀ ਦੇ ਜਲ ਵਿੱਚ ਪ੍ਰਵੇਸ਼ ਕਰਕੇ ਫਿਰ ਵੱਖਰਾ ਨਹੀਂ ਨਾ ਹੋ ਕੇ ਨਿਕਲਦਾ, ਇਵੇਂ ਜਿਵੇਂ ਨਦੀ ਦਾ ਜਲ ਸਮੁੰਦਰ ਦੇ ਜਲ ਵਿੱਚ ਪ੍ਰਵੇਸ਼ ਹੋ ਕੇ ਫਿਰ ਵੱਖਰਾ ਨਹੀਂ ਹੋ ਕੇ ਨਿਕਲਦਾ। ਅੰਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਤਿਉਂ ਢੁਰ। ਕਹਿੰਦੇ ਤਿਵੇਂ ਮੈਂ ਢੁਲਕ ਕਰਕੇ ਪਾਣੀ ਵਾਂਗੂ ਪਾਣੀ ਚੱਲੇ ਨਵਾਉਣ ਨੂੰ, ਥੱਲੇ ਨੂੰ ਜਾਂਦਾ ਨਾ, ਭਾਵ ਹਉਮੈ ਦਾ ਤਿਆਗ ਕਰਕੇ ਜੋ ਲਾਹੇ ਤੋਂ ਭਾਵ ਜੋ ਲਾਹੋ ਹੁੰਦਾ, ਜੋ ਲਾਭ ਲੈਣ ਵਾਲਾ ਆਤਮਪਾਦ ਹੈ ਉਹ ਨਾਲ ਮਿਲ ਗਿਆ। ਹਉਮੈ ਕਿਵੇਂ ਕਹਿੰਦੇ ਨੇ ਪਹਾੜ ਨੂੰ, ਤਾਹਾਂ ਨੂੰ ਟਿੱਲੇ 'ਤੇ ਚੜਿਆ ਹੋਇਆ ਸੀ ਪਹਿਲਾਂ, ਕਹਿੰਦੇ ਹੁਣ ਮੈਂ ਹੋ ਗਿਆ ਨਿਮਰਤਾ ਵਾਲਾ, ਆ ਗਿਆ ਥੱਲੇ, ਪਹਾੜ ਤੋਂ ਥੱਲੇ ਉਤਰਿਆ, ਹੋਰ ਥੱਲੇ ਹੋਰ ਥੱਲੇ ਕੀ ਸਮੁੰਦਰ। ਕਹਿੰਦੇ ਸਮੁੰਦਰ ਦੇ ਜਲ ਵਿੱਚ ਜਾ ਰਲਿਆ ਹੁਣ ਮੈਂ, ਟਿੱਲੇ 'ਤੇ ਚੜਿਆ ਸੀ ਵਲੀ ਕਧਾਰੀ ਵਾਂਗੂ, ਜਦੋਂ ਵਲੀ ਕਧਾਰੀ ਦਾ ਪਾਣੀ ਖਿੱਚ ਲਿਆ ਮਹਾਰਾਜ ਨੇ ਫਿਰ ਭੱਜਿਆ, ਪਹਿਲਾਂ ਤਾਂ ਪੱਥਰ ਜਿਹਾ ਸਿੱਟਿਆ ਮੁੜ ਕੇ ਥੱਲੇ ਭੱਜਿਆ ਆ। ਫਿਰ ਮਹਾਰਾਜ ਨੇ ਹਉਮੈ ਦੂਰ ਕੀਤੀ, ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ, ਜੋ ਤਨ ਕਾਸੀ ਤਜਹਿ ਕਬੀਰਾ ਰਮਈਆ ਕਹਾਂ ਨਿਹੋਰਾ ਰਹਾਓ। ਕਹਿੰਦੇ ਹੇ ਹਰੀ ਦੇ ਲੋਕੋ, ਤੁਹਾਡੀ ਸਮਝ ਅਨੁਸਾਰ ਮੈਂ ਤਾਂ, ਤੁਸੀਂ ਕਹਿੰਦੇ ਕਬੀਰ ਤਾਂ ਵਿਚਾਰਾ ਭੋਲਾ ਹੀ ਹੈ, ਲੈ ਦੱਸ ਲੋਕ ਮਰਨ ਵੇਲੇ ਕਾਸ਼ੀ ਜਾਂਦੇ, ਹੜੰਬੇ ਦੀ ਧਰਤੀ ਦਿਨ ਤੁਰਿਆ ਕਿਉਂ, ਉੱਥੇ ਸਰਾਪ ਹੋਇਆ ਪਿਆ, ਜਿਹੜਾ ਇੱਥੇ ਮਰੂਗਾ ਗਧਾ ਬਣੂਗਾ, ਉੱਥੇ ਸਰਾਪ ਹੈ। ਕਹਿੰਦੇ ਥੋੜ੍ਹੀ ਮੱਤ ਵਾਲਾ ਹੈ। ਕਹਿੰਦੇ ਮੈਂ ਆਪਣੀ ਸਮਝ ਮੁਤਾਬਕ ਮੱਤੀ ਦਾ ਭੋਰਾ ਭਾਵ ਪ੍ਰਕਾਸ਼ਮਾਨ ਹੈ, ਜੇ ਮੈਂ ਕਹਿੰਦੇ ਕਬੀਰ ਕਾਸ਼ੀ 'ਚ ਸਰੀਰ ਨੂੰ ਤਿਆਗਾਂ ਤਾਂ ਫਿਰ ਰਮਈਏ ਪਰਮੇਸ਼ੁਰ ਦਾ ਸਾਡੇ ਉੱਤੇ ਕੀ ਨਿਹੋਰਾ ਅਹਿਸਾਨ ਹੋਵੇਗਾ, ਕਿਉਂਕਿ ਕਾਸ਼ੀ ਵਿੱਚ ਤਾਂ ਸ਼ਿਵ ਜੀ ਨੇ ਸਾਰਿਆਂ ਲਈ ਮੋਖ ਦਾ ਸਦਾ ਵਰਤ ਲਾਇਆ ਹੋਇਆ, ਜੋ ਇੱਥੇ ਮਰੇਗਾ ਉਹ ਮੁਕਤ ਹੋਵੇਗਾ। ਸੋ ਕਾਸ਼ੀ ਮਰਨਾਥ ਮੁਕਤੇ। ਇਸ ਪ੍ਰਕਾਰ ਕਹਿੰਦੇ ਤਾਂ ਪਰਮੇਸ਼ੁਰ ਦੀ ਭਗਤੀ ਕਰਨ ਦਾ ਫਿਰ ਕੀ ਲਾਭ ਹੋਇਆ।
जे हड़म्बे धरती ते रह के मैं मर के मुक्ति नूं प्राप्त होवांगा तदों ही तां प्रेमा भगती दा प्रताप तुसीं जाणोगे भई बल्ले जिथे सरापी हुई धरती सी उत्थे कबीर ने नाम जप के मुक्ति पाई है। कहिंदे काशी विच तां फिर मुक्त हो ही जाणा स्वाद तां तां जे हड़म्बे दी धरती ते कोई मुक्त होवे दिखावे। सो इस प्रकार फरमाउंदे भाव कि कबीर जी ने बचन किया कहिंदे कहां तो भाव कहा जे मैं काशी विच शरीर त्यागा तो फिर मैया नूं निहोरा उलांभा ही दवाउणा क्योंकि लोगों ने यही कहना लै इत्थे तो सारे ही मुक्त होंदे आ काशी च तो मर के स्वाद तो सी तो हड़म्बे धरती तो मुक्त हो गया दिखाउंदा। फिर तो मानते रब के नाव च ताकत है कि कबीर काशी च रह के मुक्त होया परमेश्वर की भगती तो कोई ताकत नहीं। फिर कहने मैं तो लोगों को परमेश्वर की भगती की ताकत दिखाउणी है भी मैं काशी च मरण की बजाए इतने आ गया जिथे सराप है भी बंदा मर के खोता बनू फिर उन्हें तरके दिखाना इतने मर के क्योंकि मेरे हिरदे च राम वसया होया मैं तो बंदगी दी सारे नालों वड्डी चीज दिखाउणी है। बंदगी वाला भावें किते भी शरीर छड़ दे मुक्ति मुक्त हुंदा है। कहत कबीर सुनहोरे लोई भरम ना भूलो कोई। कबीर जी कथन करदे दुनिया दे लोई भाव लोको तुसी सुनना करो कोई भरम विच लग के भुलना ना करो। क्या काशी क्या ऊखर मगहर राम हृदय जाओ होई। कहने जे हिरदे च राम नाम होवे ना फिर काशी की तो ऊखर कलर वाली धरती की मगहर हड़म्बा की चाहे किसी जमीन उपर छुट जाए शरीर वो मुक्त होना ही होना उन्हें वो नहीं फिर टलदा मुक्ति वो टल नहीं सकती क्योंकि उन्हें बंदगी की हुई है नहीं तो फिर कहते बंदगी करन दा लाभ की होया सानू। सो एक दिन कबीर जी कोले लोई जी ने हाथ जोड़ के बेनती की हे मालक जी घर विच तंगी बहुत आप परमेश्वर कोलों कोई पदार्थ मंग लो। सो कबीर जी कहन लगे क्या मांगो किछ थिर नाही मैं रब कोलों की मंगा। पहले पातशाह नहीं कहिंदे क्या मांगो किछ थिर ना रहाई हर दीजा नाम प्यारी जी ओ हम भीख भेखारी तेरे तू निज पत है दाता। ये भी तो कहा ना इंद्र लोक शिव लोक कह जैबो ओछे तप कर बाहो रहो तप जा पुन्ना दे बल करके जे कोई इंद्र लोक चलिया जाए शिव लोक चलिया भी जाए तो ओछे तुच्छ तप दे होण करके सकाम तप दे करन नाल बाहर रहो फिर संसार च वापस आना पैंदा। उत्थे तां भगती करके तपा ओछे तप करके कोई चलिया जाऊगा बंदगी सकाम कर्म किया ना उन्हें मैं स्वर्गां नूं जाणा मैं शिव लोक जाणा है इन्नी देर जद तक पुन्न ने जदों पुन्न मुक गए उन्होंने ठाह थले मारना उस वक्त तो पुन्ना दे प्रताप नाल जे जीव स्वर्ग जांदा है इहदे गल दे विच इक फुल्लां दी माला पा दिंदे ने वो माला जिन्ने पुन्न होंदे उस हिसाब नाल पैंदी 200 300 1000 वो फुल एक एक करके सुकदा जांदा है ज्यों ज्यों पुन्न सुकदे फुल सुकदे सारे फुल सुक जांदे तां बस धरती ते थले मारदे ऐ छीने पुने मारत लोक है चरती। इस करके महाराज सच्चे पातशाह कहिंदे पुन्न कर्मां दे खीण होण करके मात लोक जिहड़ी ना चरती उहदे विच गराया जांदा इहनूं सिटिया जांदा बंदे चल बई वापस हुण जा के होर पुन्न कर लै। तां महाराज सच्चे पातशाह कहिंदे ने इह जिहड़े पुन्न कर्म ने कबीर जी राहीं समझाउंदे आ लोगां नूं क्या मांगो किछ थिर नाहीं राम नाम रख मन माही रहाओ। कहिंदे की मंगीए कोई चीज टिकण वाली तां है नहीं इस करके राम दे नाम नूं मन दे अंदर चेते रख बसा के रख राम वाहिगुरू वाहिगुरू करी जा उहदे तैनूं तारना होर कोई तारन वाली चीज नहीं हैगी। सोभा राज बिभै बड़ियाई कहिंदे दे इह संसार दी सोभा राज बिभै हुंदी राज भूती ते परलोक दी वडियाई अंत ना काहू संग सहाई अंत हुंदा प्राणां दे वियोग काल विच किसी नाल सहायक नहीं हुंदियां चीजां पुत्र कलत्र लक्ष्मी माया। सो इस प्रकार फरमाउंदे हन पुत्र दी कलत्र इस्त्री भाव नुखा नौ जिहड़ी आ लक्ष्मी अपनी इस्त्री ते माया जिहड़ी पदार्थ है सारे इन ते कहो कवन है सुख पाया दसो भाई इन्हां तों किसे ने सुख पाया कहिंदे सुख पाया यही हुंदी है सारी रिपोर्ट उह जी नौ बड़ा तंग करदी है सस बड़ा तंग करदी है घर वाली बहुत तंग करती है वह कहने घर वाला बहुत तंग कर दे यही चलता ना चक्कर दुनिया च कहने इन्हों तो सुख की ने पाया कीता तो सी सुख नूं व्याह पर गल च कहने मेरे फाहा ही पै गया हूं। कहत कबीर अवर नहीं काम आ कबीर जी कहने नाम तो बिना होर कोई पदार्थ काम आउण वाला नहीं गा ये तेनों ऊँ ही भुलेखा ही जिन्नी ज्यादा चीज सोहनी हुंदी है ना उन्ना ही दुख ज्यादा दिंदी है। यह रब दे नाम नूं कोई सोहना ही नहीं समझदा
कहने रब का नाम तो चलो की लेना। इस करके महाराज कहने नाम ही सब तो श्रोमणी है। हमरा मन तन राम को नामा। सो कबीर जी फरमाते हैं हमरा मन धन राम को नामा। इस करके साडे मन विच एक राम का नाम ही धनता दे योग धन है। हुण नाम की महिमा पंजवें शब्द कथन करते इस प्रकार राम सिमर राम सिमर राम सिमर भाई भाई मन करके राम नू सिमर बाणी द्वारा राम नू सिमर शरीर करके राम नू सिमर भाई राम नू सिमर राम नू सिमर राम नू सिमर तीन वेर आखण नाल निश्चय अर्थ होंदा। जे राम सारे जिहड़ा रमिया होया जिस राम का सिमरन सिमरने योग है भाई वह राम का सिमरन करिया कर रमे हुए राम का सिमरन करिया कर तरजेगा। गुरु ग्रंथ साहब का तो पाठ करो ना वैसे ही सिमरन इन्ना करा दें महाराज वो सारे नौ तो परमेश्वर दे या राम गोबिंद हरि नारायण दमोदर माधो प्रभु हरि कई कुछ कहाई जाते कहाई जाते। कहते बाणी नहीं पढ़नी चाहिए कि सिमरन करना चाहिए। गुरबाणी तो सिमरन रूप ही है भाई ये तो सिमरन कराई जाते ने कराई जाते ने तो नाले तो प्रकाश रूप ने अकाल पुरख की बाणी है पर इन्नी सोझी कित्थे दिमाग इत्थे तक कित्थे कहदा आउणा किसी नूं सोझी पैंदी है। राम नाम सिमरन बिन बूड़ते अधिकाई। कहने परमेश्वर दे सिमरन तो बिना ना अधिकाई बहुत ही विभूति वाले बहुते कर्म धर्म करने वाले संसार समुद्र च डुबदे जाते कोई तरदा भी देखिया क्योंकि ये सारिया चीजा जिन्निया भी ने नाम तो ना बिना बेअर्थ ने बनता सुत देह गृह संपत सुखदाई। इस करके संपत सुखदाई इन मैं कछ नाहे तेरो काल अवद आई। सो ये जड़िया चीजा ने ना बनता हुंदी स्त्री सुत पुत्र देह हुंदा शरीर गृह हुंदा घर संपत कहने हाथी घोड़े माल डंगर आदिक इत्यादि संपदा जोड़ी सुखदाई मनी बैठा जिस वेले तेरे काल की औध आई मौत आ गया वो दिन आ गया मौत वाला सकेंटमेंट पूरे हो गए उस वेले इन्हां विचों तेरा कोई सहायता नहीं करेगा। मात पिता बनता सुतबंध इष्ट मीत अर भाई पूर्व जन्म के मिले संजोगी अंत है को ना सहाई। मरण तो बाद कोई अपना नहीं हुंदा शरीर छड़ के बाद विच तू कौन मैं कौन। जिवें जहाज सारे इकट्ठे आ गल्लां मारदे आउंदे आ बड़े घुल मिल जांदे आ घिओ खिचड़ी हो जांदे एयरपोर्ट ते आ जा उतरदे ने फिर देखदा नहीं मुड़ के एक दूजे वल नूं कौन किधर नूं भज गया। पर जदों शरीर छड़दा ना बंदा उदों रिश्तेदारां नाल भी ऐं हुंदी है ना वह उन्हां नूं मुड़ के देखे ना उहनूं देखण बस कहिंदे चलो तुरदा बणिया काम मुक्या। इस करके कबीर जी कहिंदे इहनां उत्ते ज्यादा जोर ना लाई जा। हुण नाम दी विशेषता दसदे कि देखो नाम ने किन्नी दुनिया तारी आ भाई अज तक आजा मल गज गनका पतत करम कीने। जो पहला बड़ा विद्वान पंडित होण करके राज दरबार च चंगी कथा करता सी फिर बेसवा नाल मिलाप होण करके नाम आजा मल पै गया। इस प्रकार फिर देखो हौली हौली वह किन्ने बाल बच्चा जंगल च भेजता उते महात्मा मिले कहना मेरा भला हो जू जी कहने नारायण रख ला पुत का नौ जिहड़ा हुण तेरे पुत होना वह तारू तेनू कहने वह नारायण नारायण करदे ही तर गया। हाथी जिहड़ा सी तर गया हरिहर क्षेत्र ते बेसवा तर गई ना सारी उम्र पतत कर्म ही किए पर नाम जपया बद जदों फिर तर गए ते उतर पार परे राम नाम लीने। अंत नूं संतां दी कृपा नाल राम नाम लैण करके तेऊ हुंदे ओ संसार समुंदर तों उतर के पार पै गए। महापुरख नूं किसे नूं तारना कोई औखा नहीं हुंदा है। सूकर कूकर जोन भ्रमे तऊ लाज ना आई। भाई जिस वेले तुसी सूर बने हुए सी कूकर कुत्ते बने जुनिया च फिरदे सी भौंकदे भरमदे भटकदे गलियां विच उहदे विच शर्म नहीं आई ते हुण आखदे हो माला फेरदे आ गुरद्वारे जांदे आ सानूं शर्म आउंदी आ। राम नाम छाड़ अमृत काहे बिख खाई। कहिंदे राम नाम रूपी अमृत नूं छड्ड के काहदे वास्ते विशियां रूपी बिख जहर नूं खाई जांदे हो। राम नाम छाड़ अमृत काहे बिख खाई तो ये विश्राम अमृत ला लेना। इस प्रकार राम नाम छाड़ अमृत काहे बिख खाई। ताज परम करम विद निखेद राम नाम ले ही। सो इस करके फरमाते हैं विधि कर्म जो शास्त्र अनुसार निखेद कर्म जो शास्त्र तो विरुद्ध है इन्हों दोहां ही कर्मां नूं भरम रूप जान के त्याग दे क्योंकि पाप कर्म है लोहे की पुन स्वर्ण की जान दोनों बंधन रूप है निश्चय लियो पछाण। सो
ये पिछे जिहड़ा एक पाठ आया ना, ये सारियां चीजां पाठां दा ध्यान रखना। एक ऐसे पाठ भी कदे कदे आ जांदे ने जिन्हां दे विच आपां भुलेखा भी खा जांदे आ। सो जिवें पाठ आया, इन मैं कछ तेरो नाहे तेरो काल अवध आई। सो ये पाठ अवध करना है। इस प्रकार फरमाउंदे हन बचन, गुरप्रसाद जान कबीर राम कर स्नेही। कबीर जी कथन करदे ने, ये भाई गुरां दी कृपा नाल तू राम विच स्नेही कर, प्रेम कर, प्यार कर गुरां दे विच।